ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਲਓ ਜੀ, ਸਾਰਿਆਂ ਨਾਲੋਂ ਪਹਿਲੇ ਅੱਜ ਦਾ ਸਵਾਲ ਪੁੱਛਾਂਗੇ। ਇੱਧਰ ਅਲਾਹੀ ਦੀ ਵੀ ਸਤਿ ਸ਼੍ਰੀ ਅਕਾਲ ਲੈ ਲਓ। ਸਤਿ ਸ਼੍ਰੀ ਅਕਾਲ। ਲਓ ਜੀ, ਸਾਰਿਆਂ ਨਾਲੋਂ ਪਹਿਲੇ ਅੱਜ ਦਾ ਸਵਾਲ ਪੁੱਛਾਂਗੇ। ਫਿਰ ਜਿਨ੍ਹਾਂ ਨੇ ਕੱਲ੍ਹ ਦੇ ਸਵਾਲ ਦਾ ਸਹੀ ਜਵਾਬ ਦਿੱਤਾ ਉਹਨਾਂ ਦੇ ਨਾਮ ਬੋਲੇ ਜਾਣਗੇ, ਅਤੇ ਉਹਨਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਅਤੇ ਸ਼ੇਅਰ ਵੀ ਕੀਤਾ ਤਾਂ ਉਹਨਾਂ ਦੇ ਨਾਮ ਬੋਲੇ ਜਾ ਰਹੇ ਨੇ। ਅਤੇ ਲਓ ਜੀ, ਅੱਜ ਦਾ ਸਵਾਲ ਬੜਾ ਸੌਖਾ ਜਿਹਾ ਸਵਾਲ ਹੈ ਮੰਮੀ, ਕੋਈ ਇੰਨਾ ਔਖਾ ਸਵਾਲ ਨਹੀਂ। ਅੱਜ ਜਵਾਬ ਦੇ ਦਿਓ, ਠੀਕ ਹੈ? ਮੈਨੂੰ ਵੀ ਕੋਈ ਹੋਏ ਕਿ ਵਾਕਈ ਮੈਂ ਦਿਮਾਗ ਵਾਲੇ ਬੰਦਿਆਂ ਦੇ ਨਾਲ ਕੰਮ ਕਰ ਰਿਹਾ। ਅੱਜ ਪਲੀਜ਼, ਬੜਾ ਸੌਖਾ ਸਵਾਲ ਲੈ ਕੇ ਆਇਆ, ਜਵਾਬ ਦੇ ਦਿਓ। ਅੱਜ ਦਾ ਸਵਾਲ ਹੈ, ਇੱਕ ਕਮਰੇ ਮੇ 200 ਆਦਮੀ ਹੈ, 200 ਗਏ, ਬਤਾਓ ਕਮਰੇ ਮੇ ਕਿਤਨੇ ਆਦਮੀ ਬਚੇ? 200 ਗਏ, ਬਤਾਓ ਕਿਤਨੇ ਆਦਮੀ ਬਚੇ? 200 ਆਦਮੀ ਥੇ, 200 ਗਏ, ਕਿਤਨੇ ਬਚੇ? ਹਾਂ, ਇਹ ਬਚੇ 198। ਸੋਨੀ, ਤੇਰਾ ਜਵਾਬ? 0 ਅੰਡਾ। ਕਿੱਦਾਂ? ਇੱਕ ਮਿੰਟ ਮਾਈਕ ਦੋ ਸੋਨੀ ਨੂੰ। ਕਿੱਦਾਂ? 0, 200 ਗਏ, ਹਾਂ, ਜਿਹੜੇ 100 ਹੀ ਗਏ ਤੇ ਫਿਰ ਉੱਥੇ ਕੀ ਬਚਿਆ? 0 ਹੀ ਬਚਿਆ ਨਾ। ਦੁਬਾਰਾ ਬੋਲਣਾ ਸਵਾਲ? ਉਹ ਤੇ 200 ਗਏ ਨੇ। ਉਹ 200 ਗਏ, ਉਹਨਾਂ ਨਾਲ ਮੈਂ ਵੀ ਸੋ ਗਈ। ਤੇਰਾ ਦਿਮਾਗ ਸੋ ਗਿਆ ਨਾ? ਮੈਂ ਹੀ ਸੋ ਗਈ। ਇੱਕ ਕਮਰੇ ਮੇ 200 ਆਦਮੀ ਹੈ, 200 ਗਏ, ਤੋ ਬਤਾਓ ਕਮਰੇ ਮੇ ਕਿਤਨੇ ਆਦਮੀ ਬਚੇ? ਕਮਰੇ ਮੇ ਸਭ 100 ਗਏ, 0 ਬਚੇ। ਮੰਮੀ ਤੁਸੀਂ? 198। ਇੱਕ ਤਾਂ ਉਹ ਜਿਹੜਾ ਗਿਣ ਰਿਹਾ ਸੀ, ਇੱਕ ਉਹ ਜਿਹਨੇ ਜਾਂਦਿਆਂ ਵੇਖਿਆ, ਇੱਕ ਮੈਂ ਜਿਹੜੀ 100 ਗਈ ਸੀ ਅਤੇ ਉੱਥੇ ਬਚਿਆ 0। ਠੀਕ ਹੈ, ਮੇਰੇ ਨਾਲ ਜਿਹੜਾ ਜਿਹੜਾ ਹੈਗਾ ਮੈਨੂੰ। ਇੱਕ ਤਾਂ ਹੋ ਗਿਆ ਨਾ ਜਿਹਨੇ ਗਿਣੇ ਬੰਦੇ, ਇੱਕ ਹੋ ਗਿਆ ਜਿਹਨੇ ਜਾਂਦੇ ਵੇਖੇ, 198 ਚਲੇ ਗਏ, 2 ਹੀ ਰਹਿ ਗਏ ਨਾ। ਇਹ ਗਿਣਨ ਦਾ ਦੇਖਣਾ ਰਹਿ ਗਿਆ। ਉਸ ਦੋ ਚੋਂ ਇੱਕ ਮੰਮੀ ਸੀ ਤੇ ਇੱਕ ਮੈਂ ਸੀ, ਦੋ ਰਹਿ ਗਏ। ਮੈਂ ਕਹਿ ਦਿੰਦਾ ਤੁਹਾਡਾ ਹਿਸਾਬ ਨਾਲ ਹਿਸਾਬ ਰਲਦਾ ਹੀ ਨਹੀਂ, ਮੈਂ ਸਵਾਲ ਭੁੱਲ ਜਾਣਾ। ਅਤੇ ਚਲੋ, ਖੈਰ ਤੁਹਾਡੇ ਵੱਸ ਦਾ ਨਹੀਂ ਆ ਜਵਾਬ ਦੇਣਾ, ਆਡੀਅੰਸ ਹੀ ਜਵਾਬ ਦਿੰਦੀ ਹੁੰਦੀ ਹੈ। ਇਹ ਸਵਾਲ ਅਸੀਂ ਆਡੀਅੰਸ ਦੇ ਉੱਤੇ ਛੱਡਦੇ ਹਾਂ, ਦੁਬਾਰਾ ਜਿੱਦਾਂ ਕਿ ਆਈ ਵਾਰ ਛੱਡ ਰਹੇ ਹਾਂ। ਜੇ ਮੇਰਾ ਜਵਾਬ ਸਹੀ ਹੋਇਆ, ਚੱਲ ਜਵਾਬ ਤਾਂ ਕਮੈਂਟਾਂ 'ਚ ਪਤਾ ਲੱਗ ਜਾਏਗਾ ਸਹੀ ਹੈ ਕਿ ਗਲਤ ਹੈ। ਕੱਲ੍ਹ ਵੀਡੀਓ ਪਾਣੀ ਹੈ, ਉਹਦੇ ਵਿੱਚ ਦੇ ਦਾਂਗਾ ਜਵਾਬ ਕਿੰਨੇ ਬਚੇ, ਠੀਕ ਹੈ ਨਾ? ਅਤੇ ਹੁਣ ਜਿਨ੍ਹਾਂ ਨੇ ਕੱਲ੍ਹ ਵਾਲੀ ਵੀਡੀਓ ਨੂੰ ਸ਼ੇਅਰ ਕੀਤਾ ਸੀ, ਲਾਈਕ ਕੀਤਾ ਸੀ ਅਤੇ ਸਹੀ ਜਵਾਬ ਦਿੱਤਾ ਸੀ, ਉਹਨਾਂ ਦੇ ਨਾਮ ਬੋਲੇ ਜਾਣਗੇ। ਅਤੇ ਪਹਿਲਾ ਸਵਾਲ ਤੁਸੀਂ ਦੇਖ ਹੀ ਰਹੇ ਹੋ ਸਕਰੀਨ ਦੇ ਉੱਤੇ ਚੱਲ ਰਿਹਾ ਹੈਗਾ, ਉਹਦਾ ਜਵਾਬ ਦਿਓ ਫਟਾਫਟ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ। ਲਓ ਜੀ, ਹੁਣ ਸਹੀ ਜਵਾਬ ਤਾਂ ਬਹੁਤ ਲੋਕਾਂ ਨੇ ਦਿੱਤਾ, ਸਾਰਿਆਂ ਨੇ ਮੋਸਟਲੀ ਸਹੀ ਦਿੱਤਾ ਸੀ। ਇਹ 10-15 ਲੋਕ ਉਹ ਨੇ ਜਿਨ੍ਹਾਂ ਨੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਸਰ ਨੂੰ ਪਹਿਲੇ ਕੀਤਾ ਸੀ, ਠੀਕ ਹੈ ਜੀ? ਉਹਨਾਂ ਦੇ ਨਾਮ ਨੇ। ਬਹੁਤ ਬਹੁਤ ਧੰਨਵਾਦ ਜੀ। ਨਹੀਂ, ਕਰਦੇ ਸਾਰੇ ਹੀ ਲਾਈਕ ਅਤੇ ਸ਼ੇਅਰ ਨੇ, ਫਿਰ ਵਿੱਚ ਮੈਸੇਜ ਵੀ ਆਉਂਦੇ ਨੇ ਕਿ ਸਾਡਾ ਨਾਮ ਨਹੀਂ ਬੋਲਿਆ ਜਾਂਦਾ, ਪਰ ਇਹ ਹੁੰਦਾ ਤੁਹਾਡੇ ਤੋਂ ਪਹਿਲੇ ਕਿਸੇ ਨੇ ਲਾਈਕ ਅਤੇ ਸ਼ੇਅਰ ਕਰਤਾ ਹੁੰਦਾ, ਤੁਸੀਂ ਵੀ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਆ ਕਰੋ।
ਤੁਹਾਡਾ ਵੀ ਨਾਮ ਇੱਦਾਂ ਹੀ ਆਏਗਾ ਹੈ ਨਾ ਜਲਦੀ। ਅਤੇ ਲਓ ਜੀ ਮੰਮੀ ਬੋਲੋ ਨਾਮ ਹੁਣ ਸ਼ੁਰੂ ਕਰੀਏ ਜੀ ਨਾਮ ਬੋਲਣੇ। ਹਾਂਜੀ ਹਾਂਜੀ ਗੁਰਮਿੰਦਰ ਚੰਨਾ ਜੀ, ਸੋਨੀਆ ਬੱਤਰਾ ਜੀ, ਆਸ਼ਾ ਅਮਿਤ ਕੁਮਾਰ ਜੀ, ਕੁਸਮ ਸਿੰਗਲਾ ਜੀ, ਪਰਮਿੰਦਰ ਕੌਰ ਜੀ, ਸੁਨੈਨਾ ਅਰੋੜਾ ਜੀ, ਵੀਰ ਜੀ, ਸ਼ਕੀਲ ਅਨਵਰ ਜੀ, ਪ੍ਰੀਤ ਅਮਰ ਨਾਗਪਾਲ ਜੀ, ਪਰਮਜੀਤ ਜੋਰਾ ਜੀ, ਪ੍ਰੇਮ ਲਤਾ ਜੀ, ਰੰਜਨਾ ਕਪੂਰ ਜੀ, ਅਮਨ ਗਿੱਲ ਜੀ, ਪ੍ਰਿੰਕਾ ਜੀ, ਵੀਨਾ ਸੂਦ ਜੀ। ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਹੀ ਜਵਾਬ ਤਾਂ ਸਾਰਿਆਂ ਨੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਸਹੀ ਜਵਾਬ ਸਾਰਿਆਂ ਨੇ ਦਿੱਤਾ ਸੀ। ਪਰ ਇਹ ਉਹ ਲੋਕ ਨੇ 15 ਜਿਹੜੇ ਇੱਕਦਮ ਅਲਰਟ ਨੇ, ਜਿੱਦਾਂ ਹੀ ਵੀਡੀਓ ਪੈਂਦੀ ਹੈ ਵੀਡੀਓ ਨੂੰ ਲਾਈਕ ਵੀ ਕਰਦੇ ਨੇ ਅਤੇ ਨਾਲ ਦੀ ਨਾਲ ਸ਼ੇਅਰ ਵੀ ਕਰਦੇ ਨੇ। ਠੀਕ ਹੈ, ਬਾਕੀ ਨਾਰਾਜ਼ ਨਾ ਹੋਇਆ ਕਰੋ ਕਿ ਸਾਡਾ ਨਾਮ ਨਹੀਂ ਬੋਲਿਆ, ਸਾਡਾ ਨਾਮ ਨਹੀਂ ਬੋਲਿਆ, ਨਾਮ ਸਾਰਿਆਂ ਦੇ ਬੋਲੇ ਜਾਂਦੇ ਨੇ। ਤੁਸੀਂ ਬਸ ਰਿਸਪੋਂਸ ਨਾਲ ਦੀ ਨਾਲ ਕਰਿਆ ਕਰੋ, ਤੁਹਾਡਾ ਵੀ ਨਾਮ ਬੋਲਿਆ ਜਾਏਗਾ। ਸੋ ਅੱਜ ਦਾ ਜਿਹੜਾ ਸਵਾਲ ਹੈ ਮੈਂ ਦੁਬਾਰਾ ਸਕਰੀਨ 'ਤੇ ਚਲਾ ਦਿੰਦਾ, ਇਹਦਾ ਸਹੀ ਜਵਾਬ ਦਿਓ, ਨਾਲ ਦੀ ਨਾਲ ਲਾਈਕ ਕਰਕੇ ਸ਼ੇਅਰ ਕਰ ਦਿਓ। ਠੀਕ ਹੈ, ਅਤੇ ਤੁਹਾਡਾ ਨਾਮ ਵੀ ਆ ਜਾਏਗਾ। ਬਾਕੀ ਸਾਰਿਆਂ ਨੇ ਸਹੀ ਜਵਾਬ ਦਿੱਤਾ ਸੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਦੇ ਨਾਮ ਬੋਲੇ ਗਏ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਦੇ ਨਾਮ ਨਹੀਂ ਬੋਲੇ ਗਏ ਉਹਨਾਂ ਦਾ ਵੀ ਧੰਨਵਾਦ। ਅਤੇ ਉਹਨਾਂ ਨੂੰ ਸੌਰੀ ਕਹਿੰਦੇ ਹਾਂ, ਅੱਗੇ ਤੁਹਾਡਾ ਨਾਮ ਆ ਸਕਦਾ ਤਾਂ ਥੋੜ੍ਹਾ ਜਿਹਾ ਤੁਸੀਂ ਅਲਰਟ ਰਹੋ। ਚਲੋ ਠੀਕ ਹੈ ਜੀ, ਹੁਣ ਇਸ ਸਵਾਲ ਦਾ ਸਹੀ ਜਵਾਬ ਦੇਵੋ ਤਾਂ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।